ਲੋ ਜੀ ਫਿਰ ਸਾਡਾ ਉੱਥੇ ਮੇਰਾ ਖਿਆਲ ਕਰ ਦੋ ਕਰ ਜੀ 60,000 ਬੰਦਾ ਜਿਹੜਾ ਸਾਡਾ ਮਰ ਗਿਆ ਤੁਹਾਡਾ ਉੱਥੇ ਕੈਂਪ ਦੇ ਵਿੱਚ ਅਤੇ ਜਿਹੜੇ ਲੋਕੀ ਪਹਿਲੇ ਲੰਬੇ ਪਏ ਸੀ ਜਾਂ ਉਹ ਗੋਲੀ ਲੱਗੀ ਮੇਰੇ ਵਾਲਦ ਸਾਹਿਬ ਨੇ ਗੋਲੀ ਲੱਗੀ ਸੀ ਤੁਹਾਡੇ ਵਾਲਦ ਸਾਹਿਬ ਦੇ ਜਾਂ ਅਤੇ ਮੇਰੇ ਭਤੀਜੇ ਨੇ ਗੋਲੀ ਇੱਥੇ ਲੱਗੀ ਸੀ ਅਤੇ ਮੇਰੇ ਭਰਾ ਨੇ ਗੋਲੀ ਇੱਥੇ ਲੱਗੀ ਸੀ ਇਸ ਹਾਂਜੀ ਉਹਦੇ ਨਾਲ ਜੇ ਨਹੀਂ ਤੁਰੇ ਗਏ ਉਹਨੂੰ ਚੁੱਕ ਕੇ ਟੈਂਕਾਂ ਦੇ ਉੱਤੇ ਲੈ ਗਏ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ ਬਾਹਰ ਦੇ ਬੰਦਿਆਂ ਨੇ ਆ ਬਾਹਰਲੇ ਬੰਦਿਆਂ ਨੇ ਉਹ ਜਾਂ ਚਾਰ ਕੁੜੀਆਂ ਚੁੱਕ ਕੇ ਅਤੇ ਇੱਕ ਉਹਨੇ ਨੂੰਹ ਵੀ ਚੁੱਕੀ ਨੂੰਹ ਕੁਰਾਨ ਪੜ੍ਹੀ ਸੀ ਸਭ ਪੜ੍ਹੀ ਸੀ ਅਤੇ ਮੁਸਲਮਾਨਾਂ ਦੀਆਂ ਸਾਰੀਆਂ ਮੁਸਲਮਾਨ ਹੀ ਚੁੱਕੀ ਉਹਨਾਂ ਆਪਣੇ ਹੋਰ ਚੁੱਕਦੀਆਂ ਸੀ ਹੈਂ ਉਹਨੇ ਉਹ ਚੁੱਕੀਆਂ ਕਿਉਂਕਿ ਇੱਕ ਨੂੰਹ ਸੀ ਉਹਨਾਂ ਦੀ ਨੂੰਹ ਕੁਛ ਬੱਚਾ ਸੀ ਉਹ ਕਹਿੰਦੇ ਛੱਡ ਪਤਾ ਤੂੰ ਇਹਦੇ ਨਾਲ ਬੱਚੇ ਨੂੰ ਉਹ ਛੱਡ ਸੀ ਚਾਰ ਜਿਹੜੀਆਂ ਜਿਹੜਾ ਚੁੱਕ ਕੇ ਲੈ ਗਏ ਅਤੇ ਐਡਾ ਲੰਮਾ ਕਾਫਲਾ ਸੀਗਾ ਇੰਨੇ ਕੁ ਟੱਕ ਸੀ ਸਦਰ ਥਾਣੇ ਤੋਂ ਲਾ ਕੇ ਸ਼ੀਨਾ ਬਾਤ ਕਰ ਬਾਬਾ ਜਾਂ ਦੇਖਦਾ ਸੀ ਜੇ ਤਾਂ ਜੁੱਲੀ ਹੋਵੇ ਜਾਂ ਦਰੀ ਹੋਵੇ ਜਾਂ ਖੇਤ ਉਹ ਨਾਲ ਦੌੜਦਾ ਜਾਂਦਾ ਸੀ ਨਾਲ ਜਾਂਦਾ ਸੀ ਟੱਕ ਭਰੇ ਸੀ ਦਰੀਆਂ ਦੇ ਖੇਸਾਂ ਦੇ ਜੇ ਤਾਂ ਨਹੀਂ ਠੰਡੀ ਸੀ ਮਾਰੀ ਉਹਨਾਂ ਨੇ ਉੱਤੇ ਖੁਦ ਉਹ ਬੰਦੇ ਜਾਂਦੇ ਡੱਬੇ ਪਰ ਪਰ ਲਈ ਜਾਂਦੇ ਅਤੇ ਆਪ ਸਰ ਸਿਰ ਨਾਲ ਦੱਸੀ ਜਾਂਦਾ ਆਪ ਕਰਦੇ ਸਨ ਆਪ ਚੋਂ ਖੋਲਦੇ ਸੀ ਨਾਲ ਮੇਰੀ ਨਾਮ 100 ਜਦੋਂ ਪਾਕਿਸਤਾਨ ਬਣਿਆ ਜੀ ਉਦੋਂ ਤੁਸੀਂ ਕੀ ਕਰਦੇ ਸੀ ਉਸ ਜ਼ਮਾਨੇ ਦੇ ਵਿੱਚ ਇੰਜੀਨੀਅਰਾਂ ਕਰਦੇ ਸੀ ਇੰਜੀਨੀਅਰਾਂ ਕਰਦੇ ਸੀ ਦੋ ਭਰਾ ਮੇਰੇ ਫੌਜ ਸੀ ਹਾਂਜੀ ਦੋ ਭਰਾ ਮੇਰੇ ਫੌਜ ਸੀ ਅੱਛਾ ਦੋ ਭਰਾ ਤੁਹਾਡੇ ਫੌਜ 'ਚ ਸਨ ਅਤੇ ਤੁਸੀਂ ਜ਼ਿੰਮੀਦਾਰਾਂ ਕਰਦੇ ਸੀ ਜਾਂ ਦੋ ਭਰਾ ਅਸੀਂ ਇੰਜੀਨੀਅਰਾਂ ਕਰਦੇ ਸੀ ਚਾਰ ਭਰਾ ਮੈਨੂੰ ਆਪਣੇ ਦੱਸੋ ਅਸੀਂ ਅੱਜ ਤੁਹਾਡੇ ਕੋਲ ਪੁੱਛਣਾ 47 ਦੀ ਵੰਡ ਵੇਲੇ ਦੀਆਂ ਗੱਲਾਂ ਅਤੇ 47 ਤੋਂ ਪਹਿਲੇ ਜੋ ਤੁਸੀਂ ਹਾਲਾਤ ਦੇਖੇ ਨੇ ਉਹਨਾਂ ਦੇ ਬਾਰੇ ਅਸੀਂ ਤੁਹਾਡੇ ਕੋਲ ਦੇਖੋ ਜੀ ਮੈਂ ਅਨਪੜ੍ਹ ਹਾਂ ਮੈਨੂੰ 47 ਸੀ ਮੈਨੂੰ ਨਹੀਂ ਪਤਾ ਨਾ ਮੈਂ ਅਰਬੀ ਪੜ੍ਹਿਆ ਅਤੇ ਨਾ ਮੈਂ ਉਰਦੂ ਪੜ੍ਹਿਆ ਜੀ ਜਿਹੜੀ ਵੰਡ ਹੋਈ ਸੀ ਨਾ ਅਤੇ ਪਤਾ ਹੀ ਹੋਣਾ ਇਹ ਬਣਦਾ ਪਤਾ ਸਾਰੀ ਗੱਲ ਦਾ ਪਤਾ ਅੰਗਰੇਜ਼ ਜਿਹੜਾ ਇਹਨੇ ਰਾਜ ਕੀਤਾ ਕੋਈ ਡਾਕਾ ਚੋਰੀ ਕੋਈ ਨਹੀਂ ਬੜਾ ਸਕੂਲ ਇਹ ਵੀ ਦੇਖਿਆ ਹਾਂਜੀ ਹਾਂਜੀ ਬਾਕੀ ਤੁਹਾਡੇ ਕੋਲ ਪੁੱਛਾਂਗੇ ਕਸਰੋ ਗਾਰ ਹੋਈ ਹੈ ਕੋਈ ਹਿੰਦਾ ਹੀ ਕੋਈ ਨਹੀਂ ਚਲੋ ਜੀ ਉਹ ਆਹਿਸਤਾ ਆਹਿਸਤਾ ਹੁਣ ਮੈਂ ਤੁਹਾਡੇ ਕੋਲ ਪੁੱਛਦਾ ਸਵਾਲ ਤੁਸੀਂ ਮੈਨੂੰ ਦੱਸੀ ਜਾਣਾ ਅਤੇ ਮੈਨੂੰ ਇਹ ਦੱਸੋ ਤੁਹਾਡਾ ਪੁਰਾਣਾ ਪਿੰਡ ਹਿੰਦੁਸਤਾਨ ਵਾਲਾ ਕਿਹੜਾ ਮੈਂ ਦੱਸਿਆ ਜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਵਾਂ ਪਿੰਡ ਭਗਮੀਪੁਰਾ ਭਗਮਪੁਰਾ ਭੰਮੀਪੁਰਾ ਭੰਮੀਪੁਰਾ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ ਨਾਲ ਛੋਟਾ ਵੱਡਾ ਭੰਮੀਪੁਰਾ ਸੀ ਸਾਡਾ ਛੋਟਾ ਸੀ ਚੀਮੇ ਸੀ ਖਾੜਾ ਸੀ ਢੋਲਣ ਸੀ ਰੂਮੀ ਸੀ ਹਾਂਜੀ ਉਹ ਦਾਦਾ ਪਿੰਡ ਬਸੇਰੇ ਸੀ ਠੀਕ ਹੋ ਗਿਆ ਅਤੇ ਤੁਹਾਡਾ ਜਿਹੜਾ ਪਿੰਡ ਸੀ ਉੱਥੇ ਕਿੰਨੇ ਕੁ ਮੁਸਲਮਾਨਾਂ ਦੇ ਘਰ ਸੀ ਅਤੇ ਕਿੰਨੇ ਸਿੱਖਾਂ ਦੇ ਘਰ ਸੀ ਛੋਟਾ ਪਿੰਡ ਛੋਟਾ ਸੀ ਅਤੇ ਮੁਸਲਮਾਨਾਂ ਦੇ ਘਰ ਚਾਰ ਸੀ ਸਾਰੇ ਚਾਰ ਘਰ ਸਨ ਅਤੇ ਬਾਕੀ ਬਾਕੀ ਕੋਈ ਨਹੀਂ ਛੋਟਾ ਜਿਹਾ ਪਿੰਡ ਸੀ ਸਿੱਖਾਂ ਦੇ ਕੋਈ ਨਹੀਂ ਸੀ ਘਰ ਸਿੱਖਾਂ ਦੇ ਘਰ ਸੀ ਬਾਕੀ ਜ਼ਿਆਦਾ ਸਿੱਖਾਂ ਦੇ ਚੂੜਿਆਂ ਦੇ ਚਿਮੇਰਾਂ ਦੇ ਮੁਸਲਮਾਨਾਂ ਦੇ ਚਾਰ ਹੀ ਘਰ ਚਾਰ ਘਰ ਸੀ ਅਤੇ ਉਹਦੇ ਵਿੱਚ ਤੁਹਾਡਾ ਵੀ ਘਰ ਸੀ ਸਾਡਾ ਘਰ ਅਤੇ ਕੋਈ ਸਿੱਖਾਂ ਦੇ ਪੁਰਾਣੇ ਬਜ਼ੁਰਗਾਂ ਦੇ ਜਾਂ ਮੁੰਡਿਆਂ ਦੇ ਤੁਹਾਡੇ ਨਾਲ ਜਿਹੜੇ ਪੜ੍ਹਦੇ ਸੀ ਜਾਂ ਖੇਡਦੇ ਸੀ ਉਹਨਾਂ ਦੇ ਨਾਂ ਯਾਦ ਨੇ ਨਾਂ ਤਾਂ ਜਨਾਬ ਕਾਫੀਆਂ ਦੇ ਯਾਦ ਹੋਣੇ ਆ ਹਾਂਜੀ ਦੱਸੋ ਅਗਰ ਯਾਦ ਨੇ ਤਾਂ ਨੇਖਾ ਸੀ ਉਹ ਸਿੱਖ ਸੀ ਹਾਂਜੀ ਉਮਰੂ ਸੀਗਾ ਉਹ ਸਿੱਖ ਸੀ ਜਿਹੜਾ ਤੁਹਾਡੇ ਨਾਲ ਖੇਡਦੇ ਸਨ ਹਾਂ ਖੇਡਦੇ ਸੀ ਅਤੇ ਬਾਕੀ ਇੰਦਰ ਸਿੰਘ ਸੀ ਉਹ ਵੀ ਬੜਾ ਕੁਝ ਜਨਾਬ ਦੇਖਿਆ ਬੜਾ ਕੁਝ ਹੋਇਆ ਬਸ ਖੇਡਦੇ ਰਹੇ ਅੱਛਾ ਖੇਡਦੇ ਰਹੇ ਆਪਸ 'ਚ ਹਾਂ ਪਿਆਰ ਹੁੰਦਾ ਸੀ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਮਾਹੌਲ ਅੱਛਾ ਸੀ
ਜੀਤ ਮਰੀਜ਼ ਸੀ, ਹਾਂਜੀ ਜੀਤ ਮਰੀਜ਼ ਸੀ, ਸਾਰੇ ਜਣੇ ਇਕੱਠੇ ਖੇਡਦੇ ਸੀ, ਕੋਈ ਗੱਲਬਾਤ ਨਹੀਂ। ਅੱਛਾ ਇਕੱਠੇ ਖੇਡਦੇ ਸੀ? ਇਕੱਠੇ ਖੇਡਦੇ ਤੇ ਰਹਿਣ ਸਹਿਣ ਵੀ ਇਕੱਠਾ ਸੀ? ਇਕੱਠਾ ਸੀ। ਸਕੂਲ ਹੈ ਸੀ ਤੁਹਾਡੇ ਪਿੰਡ? ਹਾਂਜੀ ਨਹੀਂ ਜੀ ਸਕੂਲ, ਹਾਂਜੀ ਸਕੂਲ ਕੋਲ ਵੱਡਾ ਬੰਗਲਾ ਸੀ ਨਾਲ। ਅੱਛਾ ਮਸਜਿਦ ਹੈ ਸੀ ਤੁਹਾਡੇ ਪਿੰਡ? ਮਸਜਿਦ ਨਹੀਂ ਵੱਡੇ ਬੰਗਲੇ ਸੀ, ਛੋਟੇ ਜਿਹੇ ਸੀ ਮੇਰੇ। ਅੱਛਾ ਅੱਛਾ ਨਾਲ ਕਿਹੜਾ ਵੱਡਾ ਪਿੰਡ ਸੀ? ਵੱਡਾ ਬੰਗਲਾ ਸੀ ਉੱਥੋਂ ਜਿਹੜੇ ਸ਼ਾਹਕਾਰ ਇੱਥੇ ਆਏ। ਅੱਛਾ ਉੱਥੇ ਆਏ ਸੀ, ਡੇਰਾ ਟੈਪ ਸੀ ਉਹ। ਸਹੀ ਹੋ ਗਿਆ। ਉੱਥੇ ਮੁਸਲਮਾਨ ਬੜਾ ਸੀ, ਵੱਡੇ ਬੰਬਲੇ ਮੁਸਲਮਾਨ ਕਾਫੀ ਸੀ, ਕਾਫੀ ਉਹਨਾਂ ਦਾ ਮਸਜਿਦ ਬਣੀ ਸੀ, ਸਭ ਕੁਝ ਬਣਿਆ ਸੀ, ਗੁਰਦੁਆਰਾ ਵੀ ਕਾਫੀ ਸੀ, ਉਹਦਾ ਵੱਖਰਾ ਸੀ। ਸਹੀ ਹੋ ਗਿਆ। ਕਿ ਜਾਂਦੇ ਸੀ ਨਾ, ਹਾਂਜੀ ਜੇ ਜਮਾ ਪੜਨਾ ਉੱਥੇ ਜਾ ਪੜਨਾ, ਪੜਨੇ ਜਾ ਉੱਥੇ ਜਾ ਕੇ ਪੜਦੇ ਸੀ। ਕੋਈ ਇੱਥੇ ਗਾਇ ਜੀ ਨਹੀਂ ਇੰਨਾ ਵੱਡਾ ਕੋਈ। ਸਹੀ 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 ਸਹੀ। ਜੁਮਾ ਜੁਮਾ ਤੁਸੀਂ ਉਸ ਪਿੰਡ 'ਚ ਜਾ ਕੇ ਪੜਦੇ ਸੀ? ਉੱਥੇ ਪੜਦੇ। ਤੇ ਈਦ ਵਗੈਰਾ ਵੀ ਉੱਥੇ ਜਾ ਕੇ ਪੜਦੇ ਸੀ? ਉੱਥੇ। ਤੇ ਜਦੋਂ ਈਦ ਦਾ ਮੌਕਾ ਹੁੰਦਾ ਸੀ, ਵੱਡੀ ਈਦ ਜਦੋਂ ਆਉਂਦੀ ਸੀ, ਮੈਨੂੰ ਇਹ ਪਤਾ ਲੱਗਾ ਜੀ ਜਿਹੜੇ ਸਿੱਖ ਸਨ ਜਾਂ ਹਿੰਦੂ ਸਨ ਇਹ ਚੰਗਾ ਨਹੀਂ ਸਮਝਦੇ ਸੀ ਗਾਂ ਹਲਾਲ ਕਰਨਾ ਜਾਂ ਉਹਦਾ ਗੋਸ਼ਤ ਖਾਣਾ, ਇਹਦੇ ਬਾਰੇ ਦੱਸੋ। ਜਿਹੜੇ ਇਹਦਾ ਹੁਣ ਵੀ ਹੁੰਦਾ ਉੱਥੇ? ਹਾਂਜੀ ਗੋਸ਼ਤ ਹੁਣ ਵੀ ਹੁੰਦਾ। ਹਾਂਜੀ ਕੋਰਲਾ ਰਿਆਸਤ ਹੈ, ਹਾਂਜੀ ਹਿੰਦੁਸਤਾਨ ਦੇ ਵਿੱਚ, ਹਾਂਜੀ ਉੱਥੇ ਮੁਸਲਮਾਨ ਬੈਠਾ ਸਾਰਾ, ਸਹੀ ਦਿੱਲੀ ਬੈਠਾ, ਹਾਂਜੀ ਇੱਥੇ ਵੱਡਾ ਗੋਸ਼ਤ ਹੁੰਦਾ, ਸਹੀ ਅਤੇ ਬਾਕੀ ਜਿਹੜੇ ਨਿੱਕੇ ਕਸਬੇ ਆ ਨਿੱਕੇ ਨਿੱਕੇ ਸ਼ਹਿਰ ਪਿੰਡ ਉੱਥੇ ਨਹੀਂ ਕਰਦੇ। ਬੁੱਢੇ ਖੁੱਡੇ ਹੁੰਦੇ ਸੀ ਸਾਡੀ ਬਾਕੀ। ਤੇ ਮੈਨੂੰ ਹੁਣ ਇਹ ਦੱਸੋ ਜਦੋਂ 47 ਵੇਲੇ ਜਦੋਂ ਕਹਿੰਦੇ ਨੇ ਪਾਕਿਸਤਾਨ ਤੇ ਹਿੰਦੁਸਤਾਨ ਬਣਨ ਦਾ ਐਲਾਨ ਹੋ ਗਿਆ ਜੀ, ਉਦੋਂ ਤੁਹਾਡੇ ਪਿੰਡ ਦੇ ਕੀ ਸੂਰਤ ਹਾਲ ਸੀ? ਤੁਹਾਡੇ ਜਿਹੜੇ ਨਾਲ ਦੇ ਵੱਡਾ ਪਿੰਡ ਸੀ ਮੁਸਲਮਾਨਾਂ ਦਾ, ਉੱਥੋਂ ਦੇ ਕੀ ਸੂਰਤ ਹਾਲ ਸੀ? ਮੁਸਲਮਾਨਾਂ ਦੇ ਕੀ ਤਾਸਰਾ ਸੀ, ਕਿਵੇਂ ਪਤਾ ਲੱਗਾ ਉਹਨਾਂ ਨੂੰ? ਸਾਡੇ ਕੋਲ ਚੀਮੇ ਪਿੰਡ ਸੀ, ਹਾਂਜੀ ਥੋੜ੍ਹਾ ਫਰਕ ਸੀ, ਹਾਂਜੀ ਉੱਥੇ ਐਲਾਨ ਹੋਇਆ ਬਈ ਤੁਸੀਂ ਮੁਸਲਮਾਨੋਂ ਨਿਕਲ ਜਾਓ, ਹਾਂਜੀ ਅਤੇ ਨਹੀਂ ਤੁਹਾਨੂੰ ਮਾਰ ਦੇਣਾ, ਮੁਸਲਮਾਨ ਕਾਫੀ ਘੱਟ ਸੀ। ਅੱਛਾ ਉੱਥੇ ਐਲਾਨ ਹੋ ਗਿਆ? ਐਲਾਨ ਮੁਸਲਮਾਨ ਨੇ, ਹਾਂਜੀ ਸਿਖਾਇਆ ਕੀਤਾ। ਹੁਣ ਸਿੱਖਾਂ ਨੇ ਗੁਰਦੁਆਰਾ ਬੜਾ ਵੱਡਾ ਗੁਰਦੁਆਰੇ ਵਿੱਚ ਇਕੱਠ ਕਰ ਲਿਆ, ਹਾਂਜੀ ਸਿੱਖਾਂ ਨੇ, ਸਿੱਖਾਂ ਨੇ ਬਈ ਇਹ ਪਿੰਡ ਹੀ ਰਹਿੰਦਾ ਸਾਰਾ ਮੁਸਲਮਾਨ ਸਭ ਮਾਰ ਦੇਣੇ ਆ, ਮਾਰ ਦੇਣਾ। ਉੱਥੋਂ ਫਿਰ 4 ਮੁਸਲਮਾਨ ਨਿਕਲਦੇ ਆ ਉਸ ਪਿੰਡੋਂ ਪਿੰਡੋਂ, ਅਤੇ ਉਹ ਜੋ ਨਿਕਲਦੇ ਆ ਭੱਜਦੇ ਆ, 2 ਤਾਂ ਡਾਜ ਮਾਰੇ ਗਏ ਆ ਅਤੇ 2 ਨਹਿਰ ਦੇ ਵੀ ਲੰਘ ਗਏ ਨਹਿਰ ਪਾਰ ਕਰਕੇ। ਉਹਨਾਂ ਦੇ ਨਾਂ ਯਾਦ ਨੇ? ਨਹੀਂ ਨਾਂ ਨਹੀਂ ਨਾਂ ਨਹੀਂ ਯਾਦ। ਅੱਛਾ ਉਹ ਨਹਿਰ ਪਾਰ ਕਰਕੇ, ਨਹਿਰ ਪਾਰ ਕਰਕੇ, ਨਹਿਰ ਪਾਰ ਅੱਗੇ ਸਾਰੀ ਮੁਸਲਮਾਨੀ ਬੈਠੀ ਸੀ, ਸਾਰਾ ਪਿੰਡ ਮੁਸਲਮਾਨਾਂ ਦਾ, ਸਾਰਾ ਸ਼ਹਿਰ ਸੀ ਮੁਸਲਮਾਨਾਂ ਦਾ। ਕੀ ਨਾਮ ਸੀ? ਹਾਂ ਜਗਰਾਮਾ। ਅੱਛਾ ਜਗਰਾਮਾ, ਜਗਰਾਮਾ ਦੱਸਿਆ ਕਰੋ। ਹਾਂਜੀ ਜਸੀਰ ਜਗਰਾਮਾ। ਸਹੀ ਸਹੀ। ਉਹ ਜੋ ਉੱਥੇ ਪਾਰ ਚਲੇ ਗਏ ਉਹ ਉਹਨਾਂ ਨੇ ਫਿਰ ਜਾ ਕੇ ਪਤਾ ਉਹਦਾ ਭਰਾ ਸੀ ਥਾਣੇਦਾਰ ਲੱਗਾ ਆ, ਕੋਈ ਅਫਸਰ ਲੱਗਾ ਸੀ, ਉਹ ਪੁੱਛਣ ਲੱਗੇ ਆ, ਉਹ ਗੱਲ ਉਹ ਚਲੇ ਗਏ ਲੁੱਡਿਆਂ ਨੇ। ਹਾਂਜੀ ਯਾਰ ਮੰਜੇ ਦੀ ਆ ਜਾ ਉੱਥੇ। ਹਾਂਜੀ ਹਾਂਜੀ ਤੁਸੀਂ ਦੱਸੋ, ਤੁਸੀਂ ਦੱਸੋ ਕੋਈ ਮਾਰਦਾ ਡਾਂਗਵਾਲਾ ਨੂੰ? ਹਾਂਜੀ ਉਹਨੇ ਜਾ ਦੱਸਿਆ ਆਹ ਮਾਮਲਾ ਹਮਲਾ ਸਿੱਖ ਇਕੱਠਾ ਹੋਇਆ ਅਤੇ ਜੇ ਬਚਾਅ ਉਹਦਾ ਭਾਈ ਤੇ ਉਹ ਕਰ ਲਾ। ਹਾਂਜੀ ਹੁਣ ਉੱਥੇ ਜਾਂ ਉਸਨੇ ਗੱਲ ਕੀਤੀ, ਹਾਂਜੀ ਉਹਨੇ ਜਾਂ ਟੈਂਕ ਲਿਆ, ਟੈਂਕ 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 ਫੌਜ ਦਾ, ਕਿ ਫੌਜੀ ਜਿਹੜੇ ਇੱਧਰ ਆ ਗਏ ਸੀ ਕੁਝ ਉਹਦੇ ਉਹ ਹਿੰਦੁਸਤਾਨ ਦੇ ਉੱਧਰ ਸੀ, ਜਿਸ ਟਾਈਮ ਦੇ ਉੱਥੇ ਉਹਨੇ ਟੈਂਕ ਲਿਆਂਦਾ, ਰਾਤ ਬਾਰਸ਼ਾਂ ਬੜੀਆਂ ਪੈਂਦੀਆਂ ਸੀ, ਰਾਤ ਦਿਨ ਬਾਰਸ਼ਾਂ ਉਹ ਉਸ ਦੌਰਾਨ ਦੇ ਵਿੱਚ ਉਹਨਾਂ ਨੇ ਟੈਂਕ ਉੱਥੋਂ ਲੁੱਡਿਆਂ ਨੂੰ ਚਲਾਇਆ, ਉੱਥੇ ਆ ਗਏ ਜਦੋਂ ਆਏ ਉਸ ਪਿੰਡ ਨੂੰ ਮੋੜੇ, ਚੀਨੀਆਂ ਨੂੰ ਮਿਲਣ ਲੱਗੇ ਪਿੰਡ, ਅਤੇ ਉਹ ਜਨਾਬ ਸਿੱਖਾਂ ਨੇ ਕਿਹਾ ਸਾਨੂੰ ਮਾਡਲ ਵਾਸਤੇ ਟੈਂਕ ਲਾ ਗਿਆ, ਸਿੱਖਾਂ ਨੇ ਕਿਹਾ ਸਾਡਾ ਟੈਂਕ ਆ ਗਿਆ, ਸਾਡਾ ਟੈਂਕ ਆ ਗਿਆ, ਉਹਨਾਂ ਨੇ ਜਨਾਬ ਉੱਥੇ ਬਰਾਬਰ ਇੱਕੋ ਛਿੱਟਾ ਦਿੱਤਾ, ਸਾਰੇ ਸਿੱਖ ਦੇ ਪੁੱਟ ਛੱਡੇ ਉਸ ਮੁਸਲਮਾਨ ਨੇ, ਉਹ ਟੈਂਕ ਲੈ ਕੇ ਆਏ ਸੀ, ਟੈਂਕ ਲੈ ਕੇ ਆਏ ਸਨ। ਹਾਂ ਫਿਰ ਜਨਾਬ ਜਿਹੜੀ ਦੁਨੀਆਂ ਤਮਾਸ਼ਾ ਦੇਖਣ ਵਾਲੇ ਚੂਹੇ ਚਮਿਆਰ ਬਾਹਰ ਖੜੇ ਸੀ, ਉੱਥੇ ਛਿੱਟਾ ਦਿੱਤਾ, ਉਹ ਵੀ ਬਾਹਰ ਦਿੱਤਾ। ਫਿਰ ਉਹਨਾਂ ਨੇ ਕਿਹਾ ਵੀ ਗੱਲ ਹੈ ਵੀ ਚਾਰ ਸਵੇਰੇ ਗੇੜਾ ਦੇ ਲਓ, ਹਾਂਜੀ
ਚੁੱਕੀ ਸਵਾਲ ਕੋਈ ਨਾ ਹਾਂ ਬਾਕੀ ਨਿਕਲਣ ਦੀ ਕੋਸ਼ਿਸ਼ ਕਰੋ ਉਹਨਾਂ ਨੇ ਕਿਹਾ ਮੁਸਲਮਾਨਾਂ ਨੂੰ ਨਿਕਲ ਜਾਓ ਨਿਕਲੋ ਉਹ ਟੈਂਕ ਨਾਲ ਲੈ ਕੇ ਉਹ ਤੁਰ ਪਿਆ ਫਿਰ ਜਗਰਾਮੀ ਆ ਗਿਆ ਜਗਰਾਮੀ ਅਸੀਂ ਬੜੇ ਸਕੂਨ ਦੇ ਨਾਲ 2 ਮਹੀਨੇ ਰਹੇ ਹਾਂ ਸਹੀ ਫਿਰ ਸਾਨੂੰ ਆਰਡਰ ਮਿਲਦਾ ਵੀ ਇੱਥੋਂ ਤੋਂ ਨਿਕਲ ਜਾਓ ਬੜਾ ਸਕੂਲ ਸੀ ਬਹੁਤ ਬਹੁਤ ਵੱਡਾ ਸ਼ਹਿਰ ਦਾ ਉੱਥੇ ਸਾਨੂੰ ਇਕੱਠਾ ਕੀਤਾ ਸਾਡੇ ਕੋਲ ਚਾਕੂ ਵੀ ਹੈ ਉਹਨੇ ਤਰਾਸੀ ਲੈ ਕੇ ਲੈ ਲਿਆ ਚਾਕੂ ਵੀ ਜਿਹੜੀ ਚੀਜ਼ ਸਾਡੇ ਕੋਲ ਉਹਨੇ ਲੈ ਲਈ ਉੱਥੇ ਬਿਠਾਈ ਗਈ ਜਮ੍ਹਾਂ ਕਰ ਲਈ ਹਾਂ ਅਤੇ ਜਦੋਂ ਹੋਇਆ ਕੋਈ ਸਰਗੀ ਦਾ ਟਾਈਮ ਹਾਂਜੀ ਫਿਰ ਉਹਨਾਂ ਨੇ ਨਾਮ ਟੈਂਕ ਲਿਆਂਦਾ ਹਾਂਜੀ ਟੈਂਕ ਦੇ ਨਾਲ ਜਿਹੜਾ ਉਹ ਸਾਡੇ ਕੋਲ ਜਲਾ ਤੀ ਤੁਹਾਡੇ ਤੇ ਸਾਡੇ ਤੇ ਸਿੱਖਾਂ ਨੇ ਫਿਰ ਟੈਂਕ ਲਿਆਂਦਾ ਸਿੱਖਾਂ ਨੇ ਉਹਨੇ ਬੰਦੇ ਹੀ ਮਾਰੇ ਗਏ ਸੀ ਅੱਛਾ ਅੱਛਾ ਉਹਨਾਂ ਨੇ ਬਦਲਾ ਲੈਣ ਵਾਸਤੇ ਫਿਰ ਟੈਂਕ ਲਿਆਂਦਾ ਪਤਾ ਨਹੀਂ ਬਦਲਾ ਲੈਂਦਾ ਜੀ ਨਹੀਂ ਪਤਾ ਬਾਕੀ ਉਹਨੇ ਟੈਂਕ ਲਿਆਂਦਾ ਜਿਹਦੇ ਸਿਰ ਮਾੜਾ ਚੁੱਕਿਆ ਗੋਲੀ ਬੀਜੀ ਨਿਕਲ ਗਈ ਹੈ ਜਿਹਦੇ ਮਾੜਾ ਉੱਠਿਆ ਉਹਨੇ ਗੋਲੀ ਬੀਜੀ ਨਿਕਲੀ ਹਾਂ ਹਾਂ ਜੀ ਮੈਂ ਦੱਸਣ ਲਿਆ ਤੁਹਾਨੂੰ ਅਸੀਂ ਲੰਮੇ ਪਏ ਹਾਂ ਉਹ ਬਚ ਗਏ ਅਤੇ ਬਾਕੀ ਸਮਾਨ ਦੇ ਢੇਰ ਲੱਗੇ ਵਾ ਹੁਣ ਸ਼ਹਿਰ ਨੂੰ ਬਾਹਰ ਜਾ ਕੇ ਕੱਢੀਏ ਸਮਾਨ ਕਿੰਨਾ ਕੁ ਹੋਇਆ ਉਹ ਸਮਾਨ ਆਪਣਾ ਉਹਨੇ ਜਿਹੜੇ ਬਚੇ ਜਿਹੜੇ ਬਚੇ ਆ ਲਓ ਜੀ ਸਾਡਾ ਉੱਥੇ ਮੇਰਾ ਖਿਆਲ ਘੱਟ ਤੋਂ ਘੱਟ ਜੀ 60,000 ਬੰਦਾ ਜਿਹੜਾ ਸਾਡਾ ਮਰ ਗਿਆ ਤੁਹਾਡਾ ਉੱਥੇ ਕੈਂਪ ਦੇ ਵਿੱਚ ਕੈਂਪ ਦੇ ਵਿੱਚ ਅਤੇ ਜੇ ਲੁਕੇ ਸੈਲੇ ਲੰਬੇ ਪਏ ਸੀ ਜਾਂ ਉਹ ਕਈ ਗੋਲੀ ਲੱਗੀ ਮੇਰੇ ਵਾਲਡ ਸਾਹਿਬ ਨੇ ਗੋਲੀ ਲੱਗੀ ਸੀ ਤੁਹਾਡੇ ਵਾਲਡ ਸਾਹਿਬ ਦੇ ਜਾਂ ਅਤੇ ਮੇਰੇ ਭਤੀਜੇ ਨੇ ਗੋਲੀ ਇੱਥੇ ਲੱਗ ਗਈ ਸੀ ਅਤੇ ਮੇਰੇ ਭਰਾ ਨੇ ਗੋਲੀ ਇੱਥੇ ਲੱਗੀ ਸੀ ਇਸ ਹਾਂਜੀ ਉਹਦੇ ਨਾਲ ਦੇ ਨਹੀਂ ਤੁਰੇ ਗਏ ਉਹਨੂੰ ਚੁੱਕੇ ਟੈਂਕਾਂ ਦੇ ਉੱਤੇ ਲੈ ਗਏ ਸਾਨੂੰ ਬਿਮਾਰ ਸੀ ਬਸ ਰੁਝੇ ਨੇ ਹਾਂਜੀ ਅਤੇ ਸਾਨੂੰ ਜਾਂ ਜਿਹੜਾ ਜੇ ਅਸੀਂ ਬਚੇ ਸੀ ਕੋਈ 20,000 ਰੁਪਏ ਦਾ ਬੰਦਾ ਨਹੀਂ ਤੁਹਾਡੇ ਖਾਨਦਾਨ ਦਾ ਤਾਂ ਨਹੀਂ ਵੀ ਮਰਿਆ ਮੈਨੂੰ ਮੈਂ ਗਾਜੀ ਮੁਸ਼ੇ ਉਤਰਦੀ ਸੀ ਮੈਂ ਜਠਾਣੀ ਨਾਲ ਵੜ ਗਿਆ ਉਹਨੇ ਟੋਆ ਕੱਢਿਆ ਸੂਰੀ ਵਿੱਚ ਅਤੇ ਮੈਨੂੰ ਵੱਜਣਾ ਪਿਆ ਦਿੱਤਾ ਕਿਹਨੇ ਜੱਟਾਂ ਨੇ ਜਿਹਨੇ ਹਮਦਰਦੀ ਸੀ ਸਿੱਖਾਂ ਨੇ ਯਾਰ ਵੀ ਹੈ ਸਾਨੂੰ ਮਦਦ ਕਰਦੇ ਹਾਂ ਉਹ ਨੱਪ ਕੇ ਟੋਆ ਕੱਢ ਕੇ ਸੂਰੀ ਵਿੱਚ ਮੈਂ ਨੱਪ ਕੇ ਉੱਥੇ ਮੈਂ ਸੂਰੀ ਪਾ ਸੀ ਲੈ ਕੇ ਦੇਖ ਲਓ ਕਿਹੜਾ ਮੁਸਾ ਮੁਸਾ ਕਿਹਾ ਅੱਛੇ ਬੰਦੇ ਵੀ ਬੜੇ ਸਨ ਉਦੋਂ ਉਹ ਵੀ ਜਨਾਬ ਚੋਰੀ ਕਰੋ ਚਲੇ ਗਏ ਉਹ ਕਹਿੰਦੇ ਸਾਨੂੰ ਜਿਹੜਾ ਬੰਦਾ ਜਨਾਬ ਇਸ ਤਰ੍ਹਾਂ ਉਹ ਬੰਦਾ ਸਾਨੂੰ ਦਿਖਾਓ ਤੁਹਾਡਾ ਦੱਸਿਆ ਉਹਨਾਂ ਨੇ ਮੁੰਡਾ ਨਹੀਂ ਮੇਰੇ ਤਾਂ ਵੱਡਾ ਭਾਈ ਸੀ ਜਾਂ ਫੌਜ ਸੀ ਤੁਹਾਡਾ ਫੌਜ ਜਿਹੜਾ ਭਰਾ ਸੀ ਉਹ ਜਨਾਬ ਉਹ ਕਹਿੰਦੇ ਅਸੀਂ ਕੋਈ ਕੁਝ ਨਹੀਂ ਕਹਿੰਦੇ ਫਿਰ ਪਿੰਡ ਆਪੋ ਜੀ ਮੁਕਾਬਲਾ ਹੁੰਦਾ ਸੀ ਹਾਂਜੀ ਉਹ ਸਿੱਖਾਂ ਦੇ ਮੁੰਡਿਆਂ ਨੇ ਕਿਹਾ ਯਾਰ ਹੁਣ ਇਹ ਸਾਡਾ ਵੱਧ ਹੁੰਦਾ ਨਹੀਂ ਸਾਡੇ ਬਦਲ ਮਾਰਨਗੇ ਉਹ ਲਿਆਂਦਾ ਬੁਲਾਇਆ ਉਹ ਕਹਿੰਦੇ ਸਾਡਾ ਪੜ੍ਹਦਾ ਰਿਹਾ ਅੱਛਾ ਉਹ ਜਿਹੜੇ ਦੂਸਰੇ ਬੰਦੇ ਸਨ ਹਾਂ ਇਹ ਮਾਨ ਵਾਸਤੇ ਆਏ ਹਾਂਜੀ ਉਹ ਕਹਿੰਦੇ ਇਹ ਤਾਂ ਸਾਨੂੰ ਤਾਂ ਪੜ੍ਹਦਾ ਰਿਹਾ ਤੁਹਾਡੇ ਭਾਈ ਨੂੰ ਕਿਹਾ ਉਹਨਾਂ ਨੇ ਅਤੇ ਉਹਨੂੰ ਆਏ ਕਹਿੰਦੇ ਉਹ ਜੱਫੀਆਂ ਪਾ ਕੇ ਮਿਲੇ ਮੁੰਡੇ ਉੱਥੇ ਟੁੱਟ ਗਏ ਅੱਛਾ ਅੱਛਾ ਅਤੇ ਰਾਤ ਪਈ ਹੈ ਹਾਂਜੀ ਸਿੱਖ ਇਕੱਠੇ ਆਏ ਹੈ ਅਤੇ ਅਸੀਂ ਇਕੱਠੇ ਕੋਠੇ ਉੱਤੇ ਰਾਜੇ ਪਹਿਲੇ ਲਾਏ ਆ ਸਿੱਖਾਂ ਨੇ ਵੀ ਲਾਇਆ ਨਾਲ ਦੇ ਨਾਲ ਅਸੀਂ ਵੀ ਲਾਇਆ ਮਗਰ ਮੇਰੇ ਵੱਡਾ ਭਰਾ ਚਾਰ ਕੁੜੀਆਂ ਚੁੱਕੇ ਤੇ ਇੱਕ ਉਹਨੇ ਨੂੰਹ ਵੀ ਚੁੱਕੀ ਨੂੰਹ ਕੁਰਾਨ ਪੜ੍ਹੀ ਸੀ ਸਭ ਪੜ੍ਹੀ ਸੀ ਜਗਰਾਵੀ ਆ ਗਏ ਜਗਰਾਵੀ ਅਸੀਂ ਬੜੇ ਖੁਸ਼ੀ ਰਹਿੰਦੇ ਤੇ ਮੁਸਲਮਾਨਾਂ ਜੋਰ ਸੀ ਜਦੋਂ ਉਹ ਕੁੜੀਆਂ ਚੁੱਕੀਆਂ ਗਈਆਂ ਉਹ ਤੋਂ ਬਾਅਦ ਫਿਰ ਉਹ ਚਾਰ ਬੰਦੇ ਗਏ ਟੈਂਕ ਲੈਣ ਨਹੀਂ ਪਹਿਲਾਂ
ਅੱਛਾ ਟੈਂਕ ਦਾ ਕੰਮ ਪਹਿਲਾਂ ਹੋ ਗਿਆ, ਬੱਚੀਆਂ ਵੱਧ ਚੁੱਕੀਆਂ ਗਈਆਂ? ਹਾਂ, ਜੇ ਮੁਸਲਮਾਨਾਂ ਨੂੰ ਮਾਰ ਕੇ ਆਏ ਆ ਨਾ, ਹਾਂਜੀ, ਉਹ ਵੱਧ ਚੁੱਕੇ ਗਏ ਆ। ਉਹ ਪੱਤੇ ਕੋਈ ਨਹੀਂ ਸੀ, ਕਿਤੇ ਮਰ ਗਏ ਉੱਥੇ ਸਿੱਖ। ਨਹੀਂ ਪੁੱਛਣਾ ਗੱਲਾਂ, ਤੁਸੀਂ ਦੱਸੋ ਸਾਨੂੰ, ਅਸੀਂ ਆਹੀ ਤੁਹਾਨੂੰ ਕੋਲ ਪੁੱਛਣਾ ਚਾਹੁੰਦੇ ਹਾਂ। ਸਾਨੂੰ ਜਾਂ ਉੱਥੋਂ ਕਾਵਲਾ ਕੱਢਿਆ, ਹਾਂਜੀ, ਲੈ ਕੇ ਤੁਰ ਪਏ ਹੈ ਸਿਧਵਾ ਦਰਿਆ ਦੇ ਕੱਢੇ ਦੇ ਉੱਤੇ ਸੀ ਸਿਧਵਾ, ਹਾਂਜੀ, ਸਾਨੂੰ ਉੱਥੇ ਲੈ ਕੇ ਤੁਰ ਪਏ ਆ। ਸਹੀ ਸਹੀ, ਉੱਥੇ ਜਾ ਕੇ ਕਬਰਸਤਾਨ ਦੇ ਵਿੱਚ ਸਾਡੇ ਡੇਰਾ ਲਾਤਾ। ਸਹੀ, ਜਿਹੜੇ ਸੀ ਅਸੀਂ ਉੱਥੇ ਰਹਿੰਦੇ ਅਤੇ ਮਹੀਨਾ ਖੰਡ, ਅਤੇ ਉੱਥੇ ਹਾਲ ਸਾਡਾ ਬੜਾ ਭੈੜਾ, ਜਿਹੜੀ ਬੀਬੀਆਂ ਦਾ ਮੂੰਹ ਗੋਰਾ ਸੀ ਨਾ, ਉਹ ਮੂੰਹ ਕਾਲਾ ਕਾਬੂ ਕਾਲਾ ਕਰ ਲੈਂਦੀਆਂ ਸੀ, ਕਾਲਾ ਕਰ ਲੈਂਦੀਆਂ ਸੀ। ਫੌਜੀ ਜਿਹੜੇ ਬੈਠੇ ਡੋਰੇ ਗੋਰਖੇ ਜੇ, ਉਹ ਬੜੇ ਬਹਿਮ ਚੋਤ ਸੀ। ਸਾਡੇ ਅਸੀਂ ਸੈਖਾਲੇ ਨੇ ਉਹ ਅਸੀਂ ਮੱਛੀਆਂ ਚੁੱਕ ਲੈਂਦੀ ਕਮਰੇ ਵਿੱਚੋਂ ਵੀ, ਬਾਹਰੋਂ ਜਾਂ ਪਿੰਡਾਂ ਚੋਂ ਕੰਮ ਬੰਦੇ ਜ਼ਿੰਮੀਦਾਰਾਂ ਨੂੰ ਛੱਡ ਕੇ ਕਾਫਲਾ ਛੱਡ ਜਾਣਾ, ਕੋਈ ਕਿਸੇ ਸਾਨੂੰ ਇਹ ਨਾਲ ਲੈ ਗਿਆ ਸੀ ਵੀ ਇਹਨੇ ਮੂਸਿਆਂ ਨੂੰ ਇੱਥੇ ਚੁੱਕੇ ਛਿੱਟਾ ਦੇਣਾ, ਇੱਥੇ ਚੁੱਕੇ ਦਰਿਆ ਰੋਡ ਲਿਆ ਗਿਆ। ਅੱਛਾ, ਉਹਨਾਂ ਨੇ ਕਿਹਾ ਡੋਗਰਾ ਜਿਹੜੇ ਬਾਕੀ ਰਹਿੰਦੀ ਸੀ ਜੀ, ਜਿਹੜੇ ਸਾਡਾ ਕਾਫਲਾ ਗਿਆ ਸੀ ਉਹ ਦਰਿਆ ਦੇ ਕੱਢੇ ਕਬਰਸਤਾਨ, ਉਹਨੇ ਕਿਹਾ ਵੀ ਉਹ ਐਡੀ ਦੂਰ ਚੁੱਕੇ ਲਿਆ ਸੀ ਸਿੱਧੇ ਮੂਸਿਆਂ ਨੂੰ, ਇਹਨੇ ਚੁੱਕੇ ਇੱਥੋਂ ਦਰਿਆ ਟੋਲ ਚੱਲਦਾ ਇੱਥੇ ਰੋਡ ਦੇ ਛੱਡ ਦਿਆ, ਦਰਿਆ 'ਚ ਛੱਡ ਦਾਂਗੇ। ਉਹਨਾਂ ਦੀ ਪਲੈਨਿੰਗ ਸੀ ਸਾਡੇ ਦੇ ਨਾਲ ਬਹੁਤ ਜ਼ਿਆਦਾ ਉੱਥੇ ਚੁਕਲੇ ਭਾਈ, ਆਟਾ ਨਹੀਂ ਤਾਂ ਜਾਣਾ ਮਿਲਦਾ ਰਿਹਾ ਭੁੱਖੇ ਚਿਹਰੇ, ਅਤੇ ਇੱਕ ਸੋਡੋ ਡੀਆਂ ਤੋੜ ਕੇ ਮਿਰਚਾਂ ਵਾਲੀਆਂ, ਉਹ ਅਸੀਂ ਘੁੱਟ ਕੇ ਅਤੇ ਰੋਟੀਆਂ ਮਾੜੀਆਂ ਅੱਠ ਕਿਲੋ ਆਟਾ ਲੈ ਲਿਆ, ਉਹ ਖਾਣਾ ਕੋਈ ਹਾਲ ਨਹੀਂ ਸੀਗਾ ਜੀ, ਜ਼ੀਰੋ ਹੋ ਗਏ, ਹਰ ਬੰਦਾ ਭੁੱਖ ਨਾਲ ਮਰਦਾ ਰਿਹਾ, ਪਾਣੀ ਅਜੇ ਜ਼ਹਿਰਾਂ ਮਿਲ ਗਈਆਂ ਸੁਣੇ। ਅੱਛਾ, ਉੱਥੋਂ ਜ਼ਹਿਰ ਆ ਗਈ, ਪਾਣੀ ਖੂਨ ਹੀ ਖੂਨ ਸੀ, ਖੂਨ ਸੀ ਉੱਥੇ ਜਨਾਬ, ਅਸੀਂ ਰਹੇ ਬੁਰੇ ਹਾਲ ਬਹੁਤ ਤੰਗ, ਉੱਥੋਂ ਅਸੀਂ ਚੱਲੇ। ਸਾਨੂੰ ਜਨਾਬ ਇੱਕ ਮੇਮ ਇੱਕ ਅੰਗਰੇਜ਼ ਆਇਆ ਉੱਥੇ ਸਾਰਾ, ਅਤੇ ਉਹ ਕਹਿਣ ਲੱਗਾ ਵੀ ਕੰਮ ਦਾ ਇਹ ਹਾਲ, ਕੈਂਪ ਦਾ ਇਹ ਹਾਲ, ਕੰਮ ਦਾ ਇਹ ਹਾਲ। ਉਹਨੇ ਉਸੇ ਬਾਅਦ ਕੀ ਥਾਣੇ ਵਾਲਿਆਂ ਨੂੰ ਬੁਲਾਇਆ, ਉਹਨਾਂ ਕਿਹਾ ਜੋ ਹੈਗੇ ਨੇ ਛੋਟੇ ਲਿਆ ਕੇ ਦਿੰਦੇ ਹੋ, ਸਾਨੂੰ ਕਿਹਾ ਵੀ ਜਿਹੜਾ ਤੁਹਾਨੂੰ ਆਉਣਾ ਫੌਜੀ ਹੋਵੇ ਕੋਈ ਮਾਰ ਦਿਓ, ਡੰਡੇ ਮਾਰੋ ਉਹਨਾਂ ਨੂੰ, ਡੰਡੇ ਮਾਰੋ। ਅੱਛਾ, ਉੱਥੋਂ ਨਾਲ ਨਾ ਕੋਈ ਆਇਆ ਨਾ ਗਿਆ, ਉਹਨੇ ਤੀਜੇ ਦਿਨ ਵਾਲਾ ਕੀਤਾ ਟੈਂਕ ਲੈ ਕੇ ਆ ਗਈ, ਕੀ ਲੈ ਕੇ ਆ ਗਈ, ਟੈਂਕ, ਟੈਂਕ, ਹਾਂ ਟੈਂਕ ਲੈ ਕੇ ਆ ਗਈ, ਜਿਸ ਵਾਸਤੇ ਸਾਨੂੰ ਉੱਠੋ ਬਾਈ ਉੱਠੋ, ਹਾਂ ਸਾਨੂੰ ਨਾਲ ਕਿਸਾਨਾਂ ਨੇ ਮੈਨੂੰ ਟੈਂਕ ਲਈ ਗਏ ਆ, ਅਤੇ ਸੜਕ ਉੱਤੇ ਅਸੀਂ ਤੁਰੇ ਗਏ ਹਾਂ, ਹਾਂਜੀ, ਅਤੇ ਮੋਰ ਵੱਡੇ ਵੱਡੇ ਛਗੜੇ ਸੀ, ਜਿਹੜਾ ਨਹੀਂ ਤੁਰ ਸਕਦਾ ਸੀ ਉਹਨੂੰ ਦਿਸਣ ਲੈਂਦੇ ਸੀ, ਬਜ਼ੁਰਗਾਂ ਨੂੰ ਬਹੁਤ ਕਾਫਲਾ, ਜਦੋਂ ਅਸੀਂ ਆਉਂਦੇ ਹਾਂ ਮੁੜ ਕੇ ਜਿਵੇਂ ਸਾਡਾ ਕਾਫਲਾ ਵੱਡਾ ਗਿਆ, ਉਹ ਤਾਂ ਨਿਕਲ ਗਈਆਂ, ਹਾਂਜੀ, ਜਿਵੇਂ ਸਾਡਾ ਕਾਫਲਾ ਵੱਡਾ ਗਿਆ ਸੀ ਨਾ, ਅੱਛਾ, ਪਰਸ ਕੇ ਉੱਥੋਂ ਹੀ ਲੰਘਣਾ ਸੀ, ਅੱਛਾ, ਫਿਰ ਦੁਬਾਰਾ ਉੱਥੋਂ ਲੰਘਣਾ ਸੀ, ਹਾਂ ਫਿਰ ਉੱਥੋਂ, ਉੱਥੋਂ ਫਿਰ ਮੋਗੇ ਨੂੰ ਕਸੂਰ ਨੂੰ, ਅਤੇ ਇੱਧਰ ਜਾਏ, ਅੱਛਾ ਅੱਛਾ, ਜੇ ਰਹਿਕੋਟ ਦਾ ਕੰਮ ਵੀ ਇਕੱਠੇ ਹੋ ਗਏ, ਅਤੇ ਜਗਰਾਵਾਂ ਵਾਲਾ ਵੀ ਕੰਮ ਇਕੱਠੇ ਹੋ ਗਿਆ, ਕਾਫਲਾ ਵੀ ਉਹ ਇੰਨਾ ਕੁ ਲੰਮਾ ਹੋ ਗਿਆ ਕੋਈ ਸਾਫ ਕੋਈ ਨਹੀਂ, ਜਿਹੜਾ ਬੰਦਾ ਮਰਦਾ ਸੀ ਗੱਡੀਆਂ ਵੱਡੀਆਂ ਖੂਨ ਖੂਨ ਪਾਣੀ ਦੇ ਤੁਰਿਆ, ਪਹਿਲੇ ਤਾਂ ਲੰਘੇ ਆ, ਤੀਜਾ ਦਿਨ ਸੀ ਬਕਰਾ ਈਦ ਦਾ, ਉਹਨਾਂ ਨੇ ਮੁਸਲਮਾਨਾਂ ਨੇ ਕਸੂਰ ਵਾਲਿਆਂ ਨਾਲ ਈਦਗਾਹ ਦੇ ਵਿੱਚ ਗੋਸ਼ਤ ਕਰ ਕਰਕੇ ਨਾ ਤੇਲ ਆਏ, ਲੈ ਵੀ ਜਿੰਨਾ ਕਿ ਖਾਣਾ ਨਾ ਖਾਓ, ਉਹ ਖਾਓ ਲੈ ਜਾਓ, ਹੁਣ ਭੁੱਖੇ ਤਾਂ ਮਰਦੇ ਆਏ ਸੀਗੇ, ਚੱਲ ਸਾਰਾ ਗੋਸ਼ ਖਾ ਕੇ ਉਹ ਦੋਵਾਂ ਟੁੱਟ ਗਏ, ਜੇ ਇੱਕ ਚੀਜ਼ ਭੁੱਖਾ ਹੈ ਅੰਦਰ ਮਰ ਗਈ ਸੁੱਕ ਗਈ ਭੁੱਖੇ ਲੈ ਕੇ, ਅਤੇ ਉੱਥੇ ਜਨਾਬ ਜੋ ਚੱਲ ਸਾਰੀ ਚੀਜ਼ ਖਾ ਲਈਏ ਅਤੇ ਮਰਨਾ ਹੀ ਹੈ, ਉੱਥੇ ਦੁਨੀਆਂ ਬੜੀ ਮਰਨ ਲੱਗ ਗਈ, ਮੌਸਮ ਆ ਕੇ ਮਿਲਿਆ ਚਲੋ ਜੀ ਇੱਥੇ ਕੰਮ ਹੋ ਰਿਹਾ ਇੱਥੋਂ ਚਲੋ, ਉੱਥੋਂ ਜਾਣੇ ਸਾਨੂੰ ਚੁੱਕਿਆ
ਲਾਹੌਰ ਛੱਡ ਦਿੱਤਾ। ਅੱਛਾ ਲਾਹੌਰ ਆ ਗਏ। ਲਾਹੌਰ ਜਿੱਥੇ ਆਪਣਾ ਹਵਾਈ ਜਹਾਜ਼ ਅੱਡਾ ਦਾ, ਹਾਂਜੀ, ਉਹ ਇੰਨੀ ਪਾਬੰਦੀ ਕੋਈ ਨਹੀਂ ਸੀ, ਖੁੱਲ੍ਹਾ ਹੀ ਸੀ। ਅੱਛਾ ਅੱਛਾ। ਇੱਥੇ ਸਾਨੂੰ ਲੈ ਕੇ ਉਤਾਰਤਾ ਇਹਦੇ ਟਰੱਕਾਂ 'ਚ, ਪਿੱਛੇ ਤੁਰਦੇ ਆਏ ਆ। ਸਹੀ ਸਹੀ। ਪਿੱਛੇ ਸਾਡੇ ਪੈਰ ਥੁੱਜ ਗਏ ਸੀਗੇ, ਤੁਰਦੇ ਆਏ ਆ। ਅੱਗੋਂ ਟਰੱਕਾਂ 'ਚ ਬਿਠਾ ਦਿੱਤਾ। ਅੱਗੇ ਖੁਸ਼ੂਰੋਂ ਲਾਹੌਰ ਸਿੱਖ ਟਰੱਕਾਂ 'ਚ ਬਿਠਾਇਆ। ਉਹ ਸਿੱਖ ਆਪਣਾ ਪਾਰਟੀ ਲੈ ਗਿਆ ਸੀ, ਉਹਨੇ ਸਿੱਖਾਂ ਦੇ ਵਿੱਚ ਬਿਠਾ ਕੇ ਸਾਨੂੰ ਇੱਥੇ ਘੱਲਿਆ, ਅਤੇ ਉਹਨਾਂ ਦੇ ਬੰਦੇ ਉਹ ਆਪਣੇ ਲੈ ਕੇ ਜਾਂਦੇ ਰਹੇ। ਇਸ ਦੀ ਗੱਲ ਹੈ। ਅੱਛਾ, ਫਿਰ ਤੁਸੀਂ ਇਹ ਹੁਣ ਜਿਹੜਾ ਸ਼ਹਿਰ ਬੈਠੇ ਹੋਏ ਹੋ ਗੁਜਰਾਂਵਾਲਾ, ਕੋਈ ਸਾਡਾ ਇੱਥੋਂ ਜਨਾਬ ਸਾਨੂੰ ਫਿਰ ਆਰਡਰ ਹੋਇਆ ਵੀ ਤੁਸੀਂ ਜਨਾਬ ਦੇਖਦੇ ਜ਼ਮੀਨ ਵਾਲਾ ਕਰਨਾ, ਇੱਥੇ ਬਹਿ ਜਾਓ, ਇੱਥੇ ਜ਼ਮੀਨ ਮਿਲਦੀ ਹੈ, ਕੁਮਕਾਨ ਲੈ ਲਓ, ਰਹਿਣਾ ਦੇਣਾ, ਹਾਂਜੀ, ਜੋ ਵੀ ਸੀਗਾ। ਫਿਰ ਜਨਾਬ ਸਾਡੇ ਉੱਥੋਂ ਟਰੱਕ ਭਰੇ ਆ, ਸਾਨੂੰ ਸੁੱਟਿਆ ਇੱਥੇ ਲਿਆ ਕੇ ਗੁਜਰਾਂਵਾਲਾ, ਅਤੇ ਐਡਾ ਲੰਮਾ ਕਾਫਲਾ ਸੀਗਾ, ਇੰਨੇ ਕੁ ਟਰੱਕ ਸੀ, ਸਦਰ ਥਾਣੇ ਤੋਂ ਲਾ ਕੇ ਸ਼ੀਨਾਬਾਦ ਤੱਕ। ਬਾਬਾ ਜਨਾ ਦੇਖਦਾ ਸੀ ਜੇ ਤਾਂ ਜੁੱਲੀ ਹੋਵੇ ਜਾਂ ਦਰੀ ਹੋਵੇ ਜਾਂ ਖੇਤ, ਉਹ ਨਾਲ ਦੌੜਦਾ ਜਾਂਦਾ ਸੀ। ਤੁਸੀਂ ਵੇਖਿਆ? ਹਾਂਜੀ, ਬਾਬੇ ਜਨਾ ਨੂੰ? ਹਾਂਜੀ, ਕਹਿੰਦੇ ਆਜ਼ਮ ਨੂੰ, ਕਹਿੰਦੇ ਆਜ਼ਮ ਨਾਲ ਜਾਂਦਾ ਸੀ ਟਰੱਕ ਭਰੇ ਸੀ ਦਰੀਆਂ ਦੇ, ਖੇਸਾਂ ਦੇ। ਹਾਂਜੀ, ਜੇ ਤਾਂ ਨਹੀਂ ਨੱਠਾ ਵੀ ਸੀ ਮਾਰੀ, ਉਹਨਾਂ ਨੇ ਉੱਤੇ ਖੁਦ ਉਹ ਬੰਦੇ ਜਾਂਦੇ ਡੱਬੇ ਪਰ ਪਰ ਲਈ ਜਾਂਦੇ ਆਪ ਸਰਦੇ ਨਾਲ ਦੱਸੀ ਜਾਂਦਾ, ਆਪ ਕਰਦੇ ਸਨ ਨਾਲ, ਆਪ ਚੋ ਹੁੰਦੇ ਸੀ ਨਾਲ, ਅੱਛਾ ਨਾਲ ਚੁਕਵਾਉਂਦੇ ਸਨ, ਹਾਂ ਚੁਕਵਾਉਂਦੇ ਸਨ, ਹਾਂ, ਜਿਹੜੀ ਕਿੱਥੇ ਸਦਾ ਕਿੱਥੇ ਟੱਕ ਭਰੇ ਆ। ਬੜੀ ਗੱਲ ਹੈ, ਆਪਣੇ ਬੰਦਿਆਂ ਦਾ ਅਹਿਸਾਸ ਹੁੰਦਾ ਲੀਡਰ ਨੂੰ, ਅੱਜ ਕੱਲ੍ਹ ਕਿਸੇ ਲੀਡਰ ਨੂੰ ਅਹਿਸਾਸ ਨਹੀਂ ਹੈ। ਬੜੀਆਂ ਤਕਲੀਫਾਂ ਦੇਖੀਆਂ ਫਿਰ ਤੁਸੀਂ ਆਪਣੀ ਹੋਸ਼ 'ਚ ਉਦੋਂ, ਫਿਰ ਤੁਸੀਂ ਗੁਜਰਾਂਵਾਲੇ ਦੇ ਵਿੱਚ ਇਸ ਇੱਧਰ ਬਾਈਪਾਸ ਵਾਲੀ ਸਾਈਡ 'ਤੇ ਆਏ ਕਿ ਉੱਥੇ ਸ਼ਹਿਰ ਦੇ ਵਿੱਚ ਰਹੇ? ਬਿਨਾਂ ਥਾਣੇ ਇੱਥੇ ਲਾਇਆ ਹਾਂ, ਇੱਕ ਦੁਕਾਨ ਸੀ ਮਾੜੀ ਸੀ, ਹਾਂਜੀ, ਸੁੱਕਿਆ ਸੀਮੈਂਟ ਸੀ, ਹਾਂਜੀ, ਉਹ ਸੁੱਟਿਆ, ਉਹ ਬਸ ਦਿੱਤਾ, ਉਹਦੇ ਵਿੱਚ ਲੰਮੇ ਪੈ ਕੋਈ ਨਾ ਜੁੱਤੀ ਪੈਦਾ ਨੂੰ ਸੀ ਅਤੇ ਨਾ ਕਪੜਾ ਸੀ ਗੱਲ ਨੂੰ, ਸਹੀ, ਅਤੇ ਦਸ ਤੱਕ ਬੜੇ ਖੜੇ ਉਹਨੇ ਸੱਖ ਸੁੱਖ ਲਾ ਕੇ ਲਿਆਉਣੇ, ਹਾਂਜੀ, ਅਤੇ ਰਾਤ ਨੂੰ ਦੁਕਾਨ 'ਚ ਅੱਗ ਬਾਲ ਲੈਣੀ, ਰਾਤ ਕਰ ਲੈਣੀ, ਫਿਰ ਆਪਣੀ ਮਿਹਨਤ ਮਿਸ਼ਰਤ ਕਰਦੇ ਰਹੇ ਹਾਂ। ਮਕਾਨ ਮਿਲਿਆ ਇੱਥੇ ਨੀ ਮਿਲਿਆ, ਇੱਥੇ ਵੀ ਮਕਾਨ ਨੀ ਮਿਲਿਆ, ਕੋਈ ਸ਼ਾਇਦ ਮਿਲੀ, ਫਿਰ ਖਰੀਦਿਆ ਆ ਕੇ, ਫਿਰ ਅਸੀਂ ਮਿਹਨਤ ਮਜ਼ਦੂਰੀ ਕਰਦੇ ਰਹੇ ਹਾਂ, ਬਾਬਾ ਜੀ ਵਾਲੇ ਕਣਕਾਂ ਵੱਢਦੇ ਰਹੇ ਹਾਂ, ਅੱਲਾਹ ਤਾਲਾ ਨੇ ਬਾਂਹ ਫੜ ਲਈ, ਆਪਣੇ ਜੁੱਤੀਆਂ ਬਣ ਗਈਆਂ, ਮੰਜੇ ਬਣ ਗਏ, ਸਭ ਬਣ ਗਿਆ, ਫਿਰ ਭਰਾ ਫੌਜ 'ਚ ਚਲੇ ਗਏ, ਤੋ ਇੱਥੇ ਆ ਕੇ ਵੀ ਫੌਜ 'ਚ ਚਲੇ ਗਏ, ਉਹ ਦੋ ਪਿੱਠਾਂ ਲੈਂਦੇ ਸੀ, ਇੱਕ ਤਾਂ ਸ਼ਹੀਦ ਹੋ ਗਿਆ ਸੀ, ਜਪਾਨੀਆਂ ਨੇ ਜੰਗ ਲੱਗਿਆ, ਜਪਾਨੀਆਂ ਨੇ ਜੰਗ ਲੱਗੀ ਉਦੋਂ, ਹਾਂ, ਉਦੋਂ ਉੱਥੇ ਬੰਗਲਾਦੇਸ਼ ਕਰੀ ਜੰਗ ਲੱਗਾ ਸੀ, ਉੱਥੇ ਫੌਜ ਸ਼ਹੀਦ ਹੋਇਆ, ਇੱਕ ਜਿਹੜਾ ਛੋਟਾ ਸੀਗਾ ਉਹ ਅੱਲਾਹ ਮਸਜਿਦ ਜਿਹੜੀ ਹੈ, ਇਹ ਸਾਰੀ ਜਗ੍ਹਾ 'ਚ ਆਇਆ, ਉਹ ਇਹਨੂੰ ਪੁੱਛਦਾ ਕੋਈ ਨਹੀਂ ਸੀ, ਉੱਥੋਂ ਅਸੀਂ ਬੈਠੇ ਸ਼ੀਨਾਬਾਦ ਬੈਠੇ, ਬਸ ਸਾਰੀ ਸਾਰੀ ਚੌੜੀਆਂ ਬਹੁਤ ਲੰਮੀਆਂ ਚੌੜੀਆਂ, ਬੜੀਆਂ ਤਕਲੀਫਾਂ ਕੱਟੀਆਂ, ਸਾਨੂੰ ਰਾਹ ਸਿੱਖ ਪਏ ਆ, ਇੱਕ ਸਾਡੇ ਵਾਲ ਸਾਹਿਬ ਦਾ ਯਾਰ ਸੀਗਾ, ਉਹ ਰੋਟੀ ਲੈ ਕੇ ਲੜਾ ਆਉਂਦਾ, ਕਿਹਦਾ ਯਾਰ ਸੀ? ਸਾਡੇ ਵਾਲ ਸਾਹਿਬ ਦਾ, ਵਾਲ ਸਾਹਿਬ ਦਾ ਤੁਹਾਡੇ ਦਾ ਯਾਰ ਸੀ, ਹਾਂਜੀ, ਰੋਟੀ ਲੈ ਕੇ ਆ ਰਹੇ ਸਰ, ਰੋਟੀ ਲੈ ਕੇ ਆ ਰਹੇ ਸੀ, ਹਾਂਜੀ, ਉਹਨੇ ਪਿੰਡ ਦੇ ਵਿੱਚ ਲੰਘ ਜਾਣਾ, ਅੱਛਾ, ਸਿੱਖ ਅੱਗੇ ਕੰਮ ਰਾਹ ਦੇ ਵਿੱਚ ਕਮਾਲ ਮਕਈ ਗੁੜ ਰਹੇ ਆ ਅਤੇ ਬਰਸ਼ਿਆਂ ਨੇ ਟੰਗੇ ਆ, ਉਹ ਗਰਾਮ ਮੁਸਲਿਮ ਲਈ ਜਾਂਦੇ ਆ, ਚਲੋ ਮਾਰੋ, ਉਹਨਾਂ ਨੇ ਕਿਹਾ ਕਮਾਲ ਛੱਡ ਕੇ, ਹਾਂਜੀ, ਮਕਈ ਗੁੜ ਰਹੇ ਆ, ਉਹ ਲੈ ਕੇ ਤੁਰੇ, ਉਹਨੂੰ ਰੋਟੀ ਲੈ ਕੇ ਜਿਹੜਾ ਸਿੱਖ ਸੀ ਉਹ ਹੀ ਆ ਗਿਆ, ਦਾਣੇ ਖਾਂਦੇ ਰਹੇ ਹੋ, ਇਹਨੂੰ ਮਾਰ ਚੱਲੇ ਹੋ, ਅਸੀਂ ਛੱਡਣ ਚੱਲੇ ਹਾਂ,
ਕੱਲ੍ਹ ਅਸੀਂ ਲੈ ਆਵਾਂਗੇ। ਅੱਛਾ, ਉਹਨਾਂ ਨੇ ਇਹ ਕਿਹਾ ਸੀ ਕੱਲ੍ਹ ਅਸੀਂ ਲੈ ਵੀ ਆਵਾਂਗੇ। ਹਾਂ, ਅਸੀਂ ਛੱਡਣ ਚੱਲੇ ਹਾਂ, ਹੈਗਾ ਅਤੇ ਅਸੀਂ ਲੈ ਆਵਾਂਗੇ। ਬੱਚੇ ਅਸੀਂ ਮਰ ਜਾਂਦੇ ਨਾ ਤਾਂ ਵਿਰੋਧ ਨਹੀਂ ਆਵੇਗਾ ਕੋਈ। ਸਾਨੂੰ ਮਾਰ ਕੇ ਤੁਹਾਡੇ ਕੋਲ ਪਹੁੰਚੇਗਾ, ਬੜੀ ਗੱਲ ਹੁੰਦੀ ਹੈ। ਉਹ ਫਿਰ ਸਿੱਖ ਜੇ ਰੋਟੀ ਲੈ ਗਿਆ ਉਹ ਅੱਗੇ ਹੋ ਗਿਆ ਕਿ ਮੈਂ ਕਿੱਥੇ ਬੂਟਾ ਚੁੱਕਿਆ ਆਹੀ ਮੀਰੇ ਯਾਦ ਸਿੱਖਦਾ ਨਾ ਨਹੀਂ ਬਜ਼ੁਰਗ ਸੀ ਉਹ ਰੋਟੀ ਲੈ ਚੱਲਿਆ ਸੀ ਅਤੇ ਉਹ ਜਦੋਂ ਦਬਕਾ ਮਾਰਿਆ ਉਹ ਤੁਰ ਗਏ ਅਤੇ ਸਾਨੂੰ ਕਹਿੰਦਾ ਮੈਂ ਗੁਰਦੁਆਰੇ ਕੋਲ ਹੀ ਪਿੰਡ ਦੇ ਬਿਜੀ ਲੈ ਕੇ ਜਾਵਾਂ ਸਾਰਿਆਂ ਨੂੰ ਤੁਹਾਨੂੰ। ਹਾਂ, ਫਿਰ ਸਾਨੂੰ ਪਿੰਡ ਦੇ ਸ਼ਹਿਰ ਪਿੰਡ ਬੜਾ ਵੱਡਾ ਸੀ ਜਗਰਾਵਾਂ ਸ਼ਹਿਰ ਉੱਥੋਂ ਲੈ ਕੇ ਸਾਨੂੰ ਪਿੰਡ ਦੇ ਬਿਜੀ ਅਤੇ ਨਹਿਰ ਚ ਪਾ ਕੇ ਅਤੇ ਅੱਗੇ ਜਾਂ ਫਿਰ ਪਿਛਾ ਮੋੜ ਲੱਗਾ ਸੀ ਨਾ ਤੁਸੀਂ ਸਾਡੇ ਨਾਲ ਆਓ ਉਹ ਕਹਿੰਦੇ ਮੁਸਲਮਾਨ ਡਰ ਲੱਗਦਾ ਉਹਦੇ ਸਾਰੇ ਮੁਸਲਮਾਨ ਸੀ ਬਸ ਉਸ ਤੋਂ ਬਾਅਦ ਸਾਰੇ ਵਾਕਿਆ ਹੁੰਦੇ ਗਏ ਬੜਾ ਕੁਛ ਦੇਖਿਆ ਜੀ। ਇੱਕ ਵਾਰੀ ਆਪਣਾ ਦੇਸ਼ ਛੱਡਣਾ ਦੇਸ਼ ਨੂੰ ਗੋਲੀ ਮਾਰੋ ਜਾਂ ਕਸਰ ਆਪਣੇ ਬੱਚੇ ਅਸੀਂ ਕਸਰ ਨੂੰ ਦੇਖੇ ਹੈ ਪੜਾਅ ਪਰ ਕਸਰ ਨੂੰ ਦੇਖੇ ਹੈ ਮੇਰੀ ਭਰਜਾਈ ਹੈ ਖੂਹ ਛਾਲ ਮਾਰ ਸੀ ਸਾਡੇ ਬੱਚੇ ਭਰਜਾਈ ਨੇ ਹਾਂ ਖੂਹ ਛਾਲ ਬਚਾਉਣ ਵਾਸਤੇ ਆਖਦੇ ਫਿਰ ਉਹ ਬੱਚਾ ਤਾਂ ਮਰ ਗਿਆ ਖੂਹ ਜੀ ਹਾਂਜੀ ਅਤੇ ਆਪ ਜਨਾਬ ਮੋਰ ਜੋ ਸਿੱਖ ਚਲੇ ਗਿਆ ਉਸ ਤੋਂ ਬਾਅਦ ਫਿਰ ਕੱਢ ਲਈ ਆਪ ਬਚ ਗਈ ਹਾਂ ਬਚ ਗਈ ਆਪ ਬਚ ਗਈ ਉਹ ਐਸ ਬਸ ਬੂੜਾ ਮੰਡੀ ਜਾਂ ਅਤੇ ਗੱਗੋ ਦੇ ਕੋਲ 365 ਤੱਕ ਉੱਥੇ ਬੈਠੀ ਬੜੇ ਜ਼ੁਲਮ ਹੋਏ ਨੇ ਜੀ ਜ਼ੁਲਮ ਹੱਡ ਮੁੱਕੀ ਹੈ ਜਿਹੜਾ ਕੰਮ ਹੋਣਾ ਚਾਹੀਦਾ ਸੀ ਸਾਲਾਂ ਦੇ ਵਿੱਚ ਤਕਸੀਮ ਦਾ ਉਹ ਮਹੀਨਿਆਂ ਦੇ ਵਿੱਚ ਦਿਨਾਂ ਦੇ ਵਿੱਚ ਹੋਇਆ ਉਹਨਾਂ ਦੀ ਫੌਜ ਰਹੀ ਹੈ ਨੁਕਸਾਨ ਘੱਟ ਹੋਇਆ ਹਾਂਜੀ ਹਾਂਜੀ ਅਤੇ ਇਹਨਾਂ ਦੇ ਜਨਾਬ ਜਿਹੜੇ ਮੁਸਲਮਾਨਾਂ ਦੀ ਫੌਜ ਸੀ ਪਹਿਲਾਂ ਕਰਨ ਮੁਸਲਮਾਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਮੁਸਲਮਾਨ ਤਾਂ ਮਰਿਆ ਹੀ ਬੜਾ ਉਹਨੇ ਨੇ ਆਪਣੀ ਫੌਜ ਕੱਢ ਕੇ ਆਪਣੇ ਬੰਦੇ ਮੰਗਾ ਲਏ ਆਪਣੇ ਆਹ ਸ਼ੇਰਕੋਟ ਦਾ ਵੱਡਾ ਤੋਪਾਂ ਸ਼ੇਰ ਕੋਲ ਸਿੱਖ ਦੀਆਂ ਆਹ ਸਾਰੇ ਇਲਾਕਾ ਹੀ ਉਹਦਾ ਮੰਗਲ ਸਿੰਘ ਜਿਹੜਾ ਮੰਗਲ ਸਿੰਘ ਜੀ ਆਹ ਕਿਹੜਾ ਬਦਲ ਸਿੰਘ ਆ ਕਿਹੜਾ ਜੇ ਸਿੰਘ ਆ ਸਾਰਾ ਇਲਾਕਾ ਉਹਦਾ ਪਿੰਡ ਸੀ ਨਾ ਸਾਰੇ ਸੁਣਿਆ ਪਿੰਡ ਸੀ ਹਾਂ ਉੱਥੋਂ ਹੋ ਗਿਆ ਸੀ ਅਤੇ ਉਹ ਜਨਾਬ ਅੱਗੇ ਥੋੜ੍ਹੀ ਦੂਰ ਗਿਆ ਮਾ ਸਾਰੇ ਮਾਸਟਰ ਸਾਰੇ ਮਾਸਟਰ ਸੀ ਕਿਹਦੇ ਆਪਣੀ ਮੰਗਲ ਸਿੰਘ ਚੱਲੀ ਹੁਣ ਲੇਕਿਨ ਉਹਦੇ ਰਿਸ਼ਤੇਦਾਰ ਸੁਣਿਆ ਥੋੜੇ ਬਹੁਤ ਆਉਂਦੇ ਨੇ ਇੱਥੇ ਪਿੰਡ ਦੇ ਵਿੱਚ ਮਿਲਣ ਵਾਸਤੇ ਆਉਂਦੇ ਆ ਮਿਲਣ ਵਾਸਤੇ ਉਹ ਕੋਈ ਨਹੀਂ ਉਹਨੇ ਮੁਸਲਮਾਨ ਅਸੀਂ ਸਾਹਿਬ ਵੀ ਆਉਂਦੇ ਆ ਕਿਉਂਕਿ ਅਸੀਂ ਨੰਗਾ ਨੀ ਦੇ ਸ਼ੇਰੇਕੋਟ ਹੀ ਗਏ ਸੀ ਉੱਥੇ ਕੋਈ ਸਾਨੂੰ ਬਜ਼ੁਰਗ ਮਿਲਿਆ ਨੀ ਤੇ ਤੁਸੀਂ ਰਸਤੇ ਚ ਮਿਲ ਗਏ ਮੈਂ ਕਿਹਾ ਜੀ ਬਜ਼ੁਰਗਾਂ ਨੂੰ ਕੈਸ਼ ਕਰਨਾ ਚਾਹੀਦਾ ਤੁਹਾਡਾ ਇੰਟਰਵਿਊ ਲਿਆ ਬੜਾ ਬਹੁਤ ਬਹੁਤ ਦਿੱਤਾ ਨਹੀਂ ਜੀ ਬਜ਼ੁਰਗੋ ਰੋਣਾ ਤਾਂ ਆਉਂਦਾ ਹਰ ਇੱਕ ਨੂੰ ਅਸੀਂ ਤਾਂ ਅੱਜ ਕੱਲ੍ਹ ਦੇ ਜੰਮ ਆ ਜਿਹੜੇ ਸਾਡੇ ਤੋਂ ਪਹਿਲੇ ਨਸਲਾਂ ਨੇ ਵੇਖਿਆ ਨਾ ਉਹ ਬਿਆਨ ਨਹੀਂ ਕਰ ਸਕਦੇ ਤੁਸੀਂ ਹੱਥੀ ਦੇਖਿਆ ਬੜੀ ਹੱਥੀ ਦੇਖਿਆ ਬੜੀ ਗੱਲ ਹੁੰਦੀ ਜੀ ਹੌਸਲਾ ਕਰੋ ਜੀ ਅੱਲਾਹ ਤੁਹਾਨੂੰ ਸਿਹਤ ਦੇਵੇ ਹੁਣ ਦੁਆ ਕਰੇ ਜਾ ਮੌਲਾ ਜਾਣੂ ਰਹੇ ਫਿਰ ਤੁਰਨਾ ਜਾ